ਮੌਲਾ ਦੇ ਆਜ਼ਾਦਾਰਾਂ ਦੀ, ਜਿਹੜਾ ਬੰਦਾ ਘਰੋਂ ਵੀ ਔਖੇ ਟੁਰ ਕੇ ਆਉਂਦਾ ਹੈ, ਭੇਡ ਫਿਰਾਵਾਂ ਦੀ ਫੋੜੀ ਤੇ ਆਇਆ ਬੈਠਾ ਹੁੰਦਾ ਹੈ, ਇੱਕ ਇਮਾਮ ਦੇ ਜ਼ਾਕਰ ਕੇ ਸਫਦਰ ਫਕੀਰ ਕੋਈ ਕੁਜੜੇ ਇਤਨੇ ਹਨ ਭੇਡ ਫਿਰਾ, ਗਰੀਬੀ ਇਹਦੀ ਭੇਡ ਫਿਰਾਵਾਂ ਦੀ ਜਿਹੜੀ ਘਰ ਬਾਹਰ ਨਹੀਂ ਫੇੜ ਫਿਰਾਵਾਂ ਤੇ ਗੁਰਬਾ ਟੋਰ ਕੇ ਲਾਉਂਦੇ ਹੈ। ਹੁਣ ਇੱਕ ਗੱਲ ਬਈ ਕਰੇ ਨਾ ਤੇ ਤੁਸੀਂ ਚਿੱਟੀਆਂ ਡਾੜੀਆਂ ਵਾਲੇ ਜਿੱਤਰੇ ਆਜ਼ਾਦ ਨਾਲ ਬੈਠੇ ਨੇ, ਜਿਹੜਾ ਮਾਤਮ ਤੁਸਾਂ ਸੁਣਦੇ ਆਏ ਵੇ ਮਾਵਾਂ ਦੀਆਂ ਝੋਲੀਆਂ ਤੋਂ ਤਕਵਾ ਮਾਤਮ ਸੁਣਵੇ ਨਾ, ਕਿਵੇਂ ਚਾਰ ਜਾਂ ਪੰਜ ਮਿੰਟ ਦੀ ਹਾਜ਼ਰੀ ਇਹ ਗੱਲ ਕਰੇ ਨਾ ਅੱਜ ਤੱਕ ਪੁਰਾਣਾ ਮਾਤਮ ਸੁਣਵੇ ਨਾ, ਹਰੇ ਵੇਲੇ ਆਦੇ ਕਦਾਂ ਕਿਸਮਤ ਇਕੱਠੇ ਥੀਵੇ ਨੇ, ਅੱਜ ਤੱਕ ਵੀ ਪੁਰਾਣਾ ਮੁਸੱਦਾ ਸੁਣਵੇ ਨਾ ਪੁਰਾਣੇ ਰੰਗ ਚ, ਜਿਹੜਾ ਇਹ ਮਾਵਾਂ ਦੀਆਂ ਛੋਲੀਆਂ ਤੂੰ ਸੁਣ ਜੁੜੇ ਇੱਕ ਗੱਲ ਕਰੇ ਨਾ। ਮੈਂ ਪਤਾ ਤੁਸੀਂ ਸਾਰੇ ਨਮਾਜ਼ ਨੀਤੀ ਬੈਠੇ ਨੇ ਦਿਖਾਏ ਮੇਰੇ ਪਾਸੇ, ਪਤੇ ਦੇ ਅੰਦਰੋਂ ਉਹ ਪਾਕ ਮਾਵਾਂ ਆਈਆਂ ਬੈਠੀਆਂ ਨੇ ਜਿਹਨਾਂ ਦੇ ਡੂ ਡੂ ਪੋਤਰ ਇਕੱਠੇ ਤੁਰੇ, ਕਹਿੰਦਾ ਦਾੜੀ ਲਾਂਦਾ ਤੁਰੇ, ਕਹਿੰਦਾ ਸਿਹਰੇ ਪੈਂਦਾ ਤੁਰੇ, ਇੱਕ ਮਾਂ ਹੀ ਬੈਠੀਏ ਪਤੇ ਦੇ ਅੰਦਰੋਂ ਜਿਹੜੇ ਆਪਣੇ ਪੁੱਤਰ ਕੋ 13 ਸਾਲ ਸਾਡੇ ਪਿੱਛ ਪਲੈਂਦੀ ਰਹੀ ਹੈ, ਹਰ ਮਾਂ ਦੇ ਦਿਲ ਦੀ ਹਸਰਤ ਹੁੰਦੀ ਹੈ, ਮਾਂ ਸਿਹਰੇ ਜੋੜੀ ਵਧੀ ਹੁੰਦੀ ਹੈ, ਗਾਲੇ ਗਿੰਦੀ ਵਧੀ ਹੁੰਦੀ ਹੈ, ਮੇਰਾ ਪੁੱਤਰ ਜਵਾਨ ਤੇ ਸੀ ਤਸੇਰੇ ਪੈਸਾ, ਸਰਦਾਰ ਲੋਈ ਹਜ਼ੂਰੀ ਦਾ ਪੋਤਰ ਹੈ, ਤੇਰੀ ਬਾਣੀ ਦਾ ਪੁੱਤਰ ਹਾਂ, ਤੇਰੇ ਹਮਸਾਇਆ ਲੋਕਾਂ ਹਾਂ, ਇਜਾਜ਼ਤ ਦੇ ਤੇਰੀ ਡਾਲੀ ਜਿਵੇਂ ਕਾਂਢੇ ਦਿੱਤਨ ਹੈ, ਜਿਹੜਾ ਕੱਲ ਵਾਲਾ ਡੀ ਗੁਜ਼ਰੇ ਇਹ ਸ਼ਮਸੀ ਹਵਾਲੇ ਨਾਲ ਅੱਜ 8 ਹਾੜ ਹੈ, ਜਿਹੜੀ ਕੱਲ ਵਾਲੀ ਰਾਤ ਗੁਜ਼ਰੀ ਹੈ ਪਰਦੇਸ ਵਿੱਚ ਭੇਡ ਫਿਰਾਵਾਂ ਆਪਣੇ ਯਤੀਮ ਬਚੜੇ ਕੋ ਸਿਹਰੇ ਪਰਦ, ਤੇ ਯਤੀਮ ਬਚੜੇ ਕੋ ਮਾਂ ਮੇਥੀ ਲਈਏ, ਤੇ ਮੇਥੀ ਲਾਵਣ ਤੂੰ ਪਹਿਲੇ ਸਿਰ ਹੌਸਲਾ ਜਵਾਨ ਹੌਸਲਾ, ਹੱਥ ਨਾ ਬੋਲੋ ਮੈਂ ਲੋਕਾਂ ਦਾ ਹੁਕਮ ਕਰ ਤਿਆਰੀ ਕਰ ਜਿਵੇਂ ਤੇਰੇ ਉੱਤੇ ਦਾਲ ਹੈ, ਮੈਂ ਪਿੰਨੀ ਹੋਈ ਉੱਤੇ ਕੋ 4-17 ਸੁਣਵੇ ਲਵੇ, ਮਾਂ ਪੁੱਤਰ ਕੋ ਮੇਥੀ ਲਈਏ ਸਿਹਰੇ ਆਖਣ ਤੋਂ ਪਹਿਲੇ ਕਾਂਢੇ ਦਿੱਤੇ ਉਸਨੇ ਸੁਣਾ, ਦੱਸੋ ਬਈ ਜਿਹੜੇ ਰੰਗ ਕਾਂਢੇ ਦਿੱਤੇ ਸੁਣਾ, ਮੈਂ ਮੁਸੱਦਸ ਪੇ ਪੜਦਾ ਇਹ ਤੇਰੀ ਪਿੰਨੀ ਹੋਈ ਆਪਣੀ ਖਰੈਬ, ਤੂੰ ਜਿਤਨਾ ਪਿਲਸੇ ਦਰਵਾਜ਼ਾ ਤੂੰ ਵੱਡਾ ਕਰੀਮ ਹੈ ਉਤਨੀ ਠੀਕ ਮਿਲਸੀਆ, ਇੱਕ ਗੱਲ ਕਰੇ ਨਹੀਂ ਜਿਹਦੀ ਫੂੜੀ ਤੇ ਆਏ ਬੈਠੇ ਉਹਦੀ ਗੁਰਬਤ ਦੇ, ਗਰੀਬ ਕਹਿੰਦੇ ਜੇ ਕੋ ਨਾਲੇ ਗਰੀਬ ਸਦੇ ਦਾ ਜ਼ਮਾਨੇ ਗਰੀਬ ਬੰਦਾ ਸਦੇ ਦਾ, ਝੋਲੀ ਇਤਰਾਜ਼ ਕਰ ਮੈਂ 4-17 ਪੜ੍ਹਾਂ, ਮੌਲਾ ਕਾਸਿਮ ਦੀ ਮਾਂ ਜਿਵੇਂ ਕਾਂਢੇ ਵਧੀ ਦਿੰਦੀ ਹੈ ਪੜ੍ਹਾਂ ਨਾ, ਆਦੀ ਵਧੀ ਸ਼ਾਦੀ
Tell them all how